ਸਾਡੇ ਤੋਂ ਪਹਿਲਾਂ ਭਾਈ ਵਰਿੰਦਰ ਸਿੰਘ ਜੀ ਜੋ ਬਟਾਲਾ ਦੇ ਨੇੜੇ ਨਗਰ ਵਿੱਚ ਰਹਿੰਦੇ ਹਨ, ਉਹਨਾਂ ਨੇ ਆਪ ਜੀ ਦੇ ਨਾਲ ਗੁਰਬਾਣੀ ਗੁਰੂ ਦੇ ਵਿੱਚੋਂ ਅਰਦਾਸ ਦੀ ਵਿਚਾਰ ਕੀਤੀ ਹੈ। ਬਹੁਤ ਹੀ ਮਨ ਖੁਸ਼ ਹੋਇਆ ਸੁਣ ਕੇ ਵੀ ਗੁਰਬਾਣੀ ਗੁਰੂ ਦੇ ਪ੍ਰਮਾਣ ਦੇ ਕੇ ਉਹਨਾਂ ਗੁਰਮੁਖਾਂ ਦੀ ਤਸੱਲੀ ਕਰਾ ਦਿੱਤੀ ਜਿਹੜੇ ਕਹਿੰਦੇ ਵੀ ਨਾਮ ਸਿਮਰਨ ਕਰਨਾ ਜ਼ਰੂਰੀ ਨਹੀਂ ਹੈ, ਜਿਹੜੇ ਕਹਿੰਦੇ ਅਨਹਦ ਸ਼ਬਦ ਨੂੰ ਸੁਣਨਾ ਜ਼ਰੂਰੀ ਨਹੀਂ ਹੈ। ਜਦੋਂ ਅਸੀਂ ਸੰਗਤ ਵਿੱਚ ਜੁੜੇ ਸੀ ਅਤੇ ਮੈਂ ਆਪਣਾ ਟੀਚਰ ਉਸਤਾਦ ਗੁਰੂ ਸਤਿਗੁਰੂ ਮੰਨਿਆ ਸੀ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ, ਅਸੀਂ ਉਹਨਾਂ ਦੇ ਨਾਲ ਜਦੋਂ ਜੁੜੇ ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਤੁਹਾਡੇ ਤੋਂ ਸੇਧ ਲੈਣੀ ਹੈ, ਤੁਸੀਂ ਜੇ ਗੁਰਬਾਣੀ ਦੇ ਮੁਤਾਬਕ ਸਾਨੂੰ ਸਮਝਾਓਗੇ ਤਾਂ ਅਸੀਂ ਤੁਹਾਡੇ ਕੋਲ ਸੰਗਤ ਕਰਨ ਆਇਆ ਕਰਾਂਗੇ, ਗੁਰਬਾਣੀ ਤੋਂ ਬਾਹਰ ਨਹੀਂ। ਨਾਲ ਇਹ ਵੀ ਕਹਿ ਦਿੱਤਾ ਵੀ ਗੁਰਬਾਣੀ ਤੋਂ ਬਾਹਰ ਨਹੀਂ ਸੁਣਨਾ ਸੀ। ਅਤੇ ਗੁਰਮੁਖ ਪਿਆਰੇ ਉਹਨਾਂ ਨੇ ਫਿਰ ਕੀ ਕਿਹਾ ਸੀ, ਕਹਿੰਦੇ ਗੁਰਮੁਖੋ ਜੇ ਅਸੀਂ 100 ਦੇ ਵਿੱਚੋਂ 1-2% ਵੀ ਗੁਰਬਾਣੀ ਤੋਂ ਬਾਹਰ ਗਏ ਤੁਸੀਂ ਨਾ ਆਇਓ ਸਾਡੇ ਕੋਲ। ਮਤਲਬ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਅਸੀਂ ਤੁਹਾਨੂੰ ਦੱਸਾਂਗੇ ਅਕਥ ਕਹਾਣੀ ਦੇ ਵਿੱਚ ਸਮਝਾਵਾਂਗੇ ਉਹ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਹੋਏਗਾ। ਉਹਨਾਂ ਨੇ ਵਿੱਚੋਂ ਹੀ ਸਮਝਾਇਆ। ਹੁਣ ਦੇਖੋ ਗੁਰਮੁਖਾਂ ਨੇ ਗੁਰਮੰਤਰ ਬਾਰੇ ਅਨਹਦ ਸ਼ਬਦ ਬਾਰੇ ਮਾਲਕ ਬਾਰੇ ਖੁੱਲ੍ਹ ਕੇ ਭੇਜ ਦਿੱਤਾ ਔਰ ਕਿੰਨੇ ਸ਼ਬਦ ਨਵੇਂ ਆਪਾਂ ਨੂੰ ਸੁਣਨ ਨੂੰ ਮਿਲੇ। ਮੈਂ ਇਹ ਕਹਿਣਾ ਚਾਹੁੰਦਾ ਵੀ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਨੇ ਪਹਿਲੀ ਵਿਧੀ ਸਿਮਰਨ ਦੀ ਜਦੋਂ ਸਾਨੂੰ ਕਰਾਈ ਸੀ ਅਤੇ ਉਹ ਅੱਜ ਮੈਂ ਤੁਹਾਨੂੰ ਨਿਖੇੜ ਕੇ ਦੱਸਣਾ ਚਾਹੁੰਦਾ ਵੀ ਉਹ ਕਿਹੜੀ ਵਿਧੀ ਸੀ। ਉਸ ਵਿਧੀ ਨੂੰ ਕਿਸੇ ਨੇ ਯੂਟਿਊਬ 'ਤੇ ਪਾਇਆ ਸੀ ਗੁਰਮੁਖ ਨੇ ਵੀ ਸੰਤ ਜੀ ਵੀ ਉਹ ਸਿਮਰਨ ਕਰਿਆ ਕਰਦੇ ਸੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਵੀ ਉਹ ਸਿਮਰਨ ਕਰਿਆ ਕਰਦੇ ਸੀ। ਉਹ ਵਿਧੀ ਸੀ ਗੁਰਬਾਣੀ ਦੇ ਵਿੱਚ ਨਿਖੇੜ ਕੇ ਦੱਸੀ ਹੋਈ ਹੈ ਪਰ ਆਪਾਂ ਲੱਭਣੀ ਹੁੰਦੀ ਹੈ, ਖੋਜੀ ਬਣ ਕੇ ਖੋਜਣਾ ਹੁੰਦਾ। ਉਹ ਵਿਧੀ ਨੂੰ ਵਾਹਿਗੁਰੂ ਸ਼ਬਦ 4 ਅੱਖਰਾਂ ਦਾ ਹੈ, 4 ਅੱਖਰਾਂ ਦਾ। ਉਹ ਕਿਸ ਤਰ੍ਹਾਂ ਕਰਾਇਆ ਜਾਂਦਾ ਸੀ ਸਿਮਰਨ, ਵਾਹਿਗੁਰੂ। ਅਸੀਂ ਪੁੱਛਿਆ ਭਾਈ ਸਾਹਿਬ ਜੀ ਇਹਦਾ ਕੀ ਮਤਲਬ, ਉਹ ਕਹਿੰਦੇ ਜਿਹੜਾ ਆਪਣਾ ਸਰੀਰ ਆ ਇਹ 5 ਤੱਤਾਂ ਦਾ ਬਣਿਆ ਹੈ, 5 ਤੱਤ ਕੋ ਤਨ ਰਚੋ ਜਾਣੋ ਚਤੁਰ ਸਜਾਣ। ਤੁਸੀਂ ਪਹਿਲਾਂ ਕਹਿੰਦੇ 4 ਤੱਤਾਂ ਨੂੰ ਪਾਰ ਕਰ ਲਓ ਅਤੇ 5ਵੇਂ ਵਿੱਚ ਚਲੇ ਜਾਓ, ਆਕਾਸ਼ ਤੱਤ ਵਿੱਚ। ਕਿੱਥੇ ਚਲੇ ਜਾਓ? ਆਕਾਸ਼ ਤੱਤ। ਫਿਰ ਉਹਨਾਂ ਨੇ ਬੜਾ ਨਖੇੜ ਕੇ ਸਮਝਾਇਆ, ਕਹਿੰਦੇ ਜਦੋਂ ਵਾਹ ਕਹਿਣਾ ਉਦੋਂ ਰਸਨਾ 'ਤੇ ਕਹਿਣਾ। ਕਿੱਥੇ ਕਹਿਣਾ ਜੀ? ਮਹਿਸੂਸ ਕਰਨਾ ਰਸਨਾ 'ਤੇ ਵਾਹ। ਕਹਿੰਦੇ ਜਦੋਂ ਤੁਸੀਂ ਵਾਹ ਰਸਨਾ 'ਤੇ ਮਹਿਸੂਸ ਕੀਤਾ ਤਾਂ ਸਮਝ ਲਓ ਤੁਸੀਂ ਪਾਉਣ ਦਾ ਤੱਤ ਪਾਰ ਕਰ ਗਏ। ਫੇ ਕਹਿਣਾ ਦਿਲ ਦੀ ਧੜਕਣ 'ਤੇ, ਖੱਬੇ ਪਾਸੇ ਸੈਂਟਰ 'ਚ ਥੋੜ੍ਹਾ ਜਿਹਾ ਖੱਬੇ ਪਾਸੇ ਦੇ ਲਾ, ਸਾਈਡ 'ਤੇ ਨਹੀਂ ਗਾ, ਇੱਥੇ ਜੇ ਵਿਚਾਲੇ। ਕਹਿੰਦੇ ਇੱਥੇ ਤੁਸੀਂ ਹੇ ਕਹੋਗੇ ਤਾਂ ਤੁਸੀਂ ਪਾਣੀ ਦਾ ਤੱਤ ਪਾਰ ਕਰਗੇ। ਗੂ ਕਹਿਣਾ ਤੁਸੀਂ ਧੁੰਨੀ 'ਤੇ, ਨਾਭੀ 'ਤੇ, ਇੱਥੇ ਤੁਸੀਂ ਅਗਨ ਦਾ ਤੱਤ ਪਾਰ ਕਰਗੇ। ਰੂਹ ਕਹਿਣਾ ਧੁੰਨੀ ਦੇ ਥੱਲੇ ਧਰਨਾ, ਰੂਹ ਉੱਥੇ ਕਹਿ ਕੇ ਛੱਡ ਦੇਣਾ, ਉੱਥੇ ਤੁਸੀਂ ਮਿੱਟੀ ਦਾ ਤੱਤ ਪਾਰ ਕਰਗੇ। ਸਮਝ ਲੱਗੀ ਜੀ? ਇੱਥੇ ਮੈਂ ਹੋਰ ਨਖੇੜਾ ਕਰਾਂ, ਜਦੋਂ ਤੱਤ ਖਿਲਰਦੇ ਨੇ ਅੰਤਮ ਸਮੇਂ ਉਦੋਂ ਕਿਹੜਾ ਤੱਤ ਪਹਿਲਾਂ ਖਿਲਰਦਾ? ਮਿੱਟੀ ਦਾ ਖਿਲਰਦਾ ਨਾ, ਫਿਰ ਅੱਗ ਦਾ, ਅੱਗ ਦੇ ਉੱਤੇ ਪਾਣੀ ਦਾ। ਹੋ ਗਈ ਨਾ ਉਹ ਤਰਤੀਬ, ਨਾਭੀ ਦੇ ਥੱਲੇ ਧਰਨਾ, ਧਰਨ ਦੇ ਉੱਤੇ ਕਿਹੜਾ? ਮਿੱਟੀ ਦਾ ਤੱਤ, ਅਤੇ ਨਾਭੀ ਦੇ ਉੱਤੇ ਅਗਨ ਦਾ ਤੱਤ, ਦਿਲ ਦੀ ਧੜਕਣ 'ਤੇ ਪਾਣੀ ਦਾ ਤੱਤ, ਅਤੇ ਰਸਨਾ 'ਤੇ ਪਾਉਣ ਦਾ ਤੱਤ, ਉੱਪਰ ਆਕਾਸ਼ ਤੱਤ। ਉਹ ਫਿਰ ਕਿਵੇਂ ਤੱਤ ਇਹਦੇ ਪਾਰ ਕਰਨੇ ਹੁੰਦੇ ਸੀ? ਵਾਹ ਹੇ ਗੁਰੂ।
ਇਹ ਹੁਣ ਗੁਰਬਾਣੀ ਦੇ ਵਿੱਚ ਸ਼ਬਦ ਪੜ੍ਹੇ ਦੱਸਿਆ ਹੋਇਆ ਮਹਾਰਾਜ ਜੀ ਨੇ ਵੀ ਜਿਵੇਂ ਆਪਾਂ ਬਾਹਰ ਦਰਿਆ ਪਾਰ ਕਰਨਾ ਹੋਵੇ ਤਾਂ ਕਿਸ਼ਤੀ ਦੀ ਲੋੜ ਪੈਂਦੀ ਹੈ ਪਾਣੀ ਨੂੰ ਪਾਰ, ਜਿਉਂ ਪਖਾਣ ਨਾਭ ਚੜ੍ਹਤਰੇ ਪ੍ਰਾਣੀ ਗੁਰਚਰਨ ਲਗਤ ਨਿਸਰੇ। ਇਹ ਤੁਸੀਂ ਪੜ੍ਹ ਲਿਓ ਗੁਰਬਾਣੀ ਦੇ ਵਿੱਚ, ਇਹ ਵੇਰਵਾ ਦਿੱਤਾ ਹੋਇਆ ਹੈ। ਚਾਰੇ ਤੱਤਾਂ ਨੂੰ ਪਾਰ ਕਰਕੇ ਸਾਡੇ ਮਨ ਨੇ ਆਕਾਸ਼ ਤੱਤ ਵਿੱਚ ਫਿਰ ਚੱਲਣਾ, ਸਫ਼ਰ ਕਰਨਾ, ਉੱਥੇ ਮਾਲਕ ਦੀ ਖੋਜ ਹੋਣੀ ਹੈ। ਆਕਾਸ਼ ਨੂੰ ਗੁਰਬਾਣੀ ਵਿੱਚ ਸਮਾਨ ਵੀ ਕਿਹਾ ਗਿਆ। ਕੀ ਕਿਹਾ ਗਿਆ? ਅਸਮਾਨ ਕਹਿ ਦਿੰਦੇ, ਵੈਸੇ ਸਮਾਨ ਕਿਹਾ ਗਿਆ। ਧੰਨਾ ਜੀ ਕਹਿੰਦੇ ਜੋਤ ਸਮਾਈ ਸਮਾਨੀ ਜਾ ਕੇ, ਅਸਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ ਧਰ ਮਿਲ ਜਣ ਸੰਤ ਸਮਾਨਿਆ, ਜੈ ਮਾਰਗ ਕੇ ਗਿਣੇ ਜਾਏ ਨਾ ਕੋਸਾ, ਹਰ ਕਾ ਨਾਮ ਮੂੰਹਾਂ ਸੰਗ ਤੋਸਾ। ਉੱਥੇ ਫਿਰ ਜਦੋਂ ਸਫ਼ਰ 'ਤੇ ਚੱਲਣਾ ਮਨ ਨੇ ਆਕਾਸ਼ ਤੱਤ ਵਿੱਚ, ਉੱਥੇ ਫਿਰ ਉਹਦੇ ਕੋਲ ਖੁਰਾਕ ਚਾਹੀਦੀ ਆ, ਤੋਸਾ ਚਾਹੀਦਾ ਨਾਮ ਦਾ। ਹੁਣ ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਨੇ ਇਹ ਵੀ ਵਿਧੀ ਕਰਾਈ ਹੈ ਜਿਨ੍ਹਾਂ ਕੋਲੋਂ ਸਿੱਖਿਆ, ਅਤੇ ਹੁਣ ਉਸ ਤੋਂ ਬਾਅਦ ਭਾਈ ਸਾਹਿਬ ਕਰਾਉਂਦੇ ਹੁੰਦੇ ਸੀ ਸਾਸ ਗਰਾਸ। ਕੀ ਕਰਾਉਂਦੇ ਹੁੰਦੇ ਸੀ? ਸਾਸ ਗਰਾਸ। ਉਹ ਹੁਣ ਆਪਾਂ ਗੁਰਮੁਖਾਂ ਨੇ ਪਹਿਲਾਂ ਜਦੋਂ ਕਿਹਾ ਸੀ ਵੀ ਮਨ ਨੂੰ ਇਕਾਗਰ ਕਰੀਏ, ਹੈ ਨਾ, ਥਿਰ ਕਰੀਏ, ਅਤੇ ਆਪਾਂ ਸਾਰੇ ਕਿਵੇਂ ਕਰਦੇ ਹਾਂ ਸਾਸ ਗਰਾਸ? ਵਾਹਿਗੁਰੂ ਵਾਹਿਗੁਰੂ, ਇਹ ਆ ਸਾਸ ਗਰਾਸ, ਇਹ ਵੀ ਆਪਾਂ ਕਰਦੇ ਹਾਂ। ਇਸ ਤੋਂ ਅੱਗੇ ਵਿਧੀ ਲਵਾਉਂਦੇ ਹੁੰਦੇ ਸੀ ਭਾਈ ਸਾਹਿਬ, ਰੋਮ ਰੋਮ। ਕਿਹੜੀ ਜੀ? ਕੀ ਦੱਸਿਆ ਨਹੀਂ ਗੁਰਬਾਣੀ ਵਿੱਚ ਸਾਸ ਗਰਾਸ? ਕੀ ਦੱਸਿਆ ਨਹੀਂ ਗੁਰਬਾਣੀ ਵਿੱਚ ਰੋਮ ਰੋਮ ਜਾਂ ਸਾਸ ਸਾਸ? ਸਾਸ ਸਾਸ ਵੀ ਦੱਸਿਆ ਨਾ, ਸਾਸ ਸਾਸ ਸਿਮਰੋ ਗੋਬਿੰਦ ਮਨ ਉਤਰੇ ਕੀ ਉਤਰੇ ਚ। ਕਹਿੰਦੇ ਵੀ ਉਹ ਸਾਸ ਸਾਸ ਸਿਮਰਨ ਕਿਵੇਂ ਕਰਨਾ ਹੁੰਦਾ? ਸਾਸ ਸਾਸ ਸਿਮਰਨ ਕਰਨਾ ਹੁੰਦਾ ਕਿਉਂਕਿ ਫੁਰਨਾ ਨਹੀਂ ਆਉਂਦਾ, ਸਵਾਸ ਆਇਆ, ਸਵਾਸ ਦਾ ਸਵਾਸ ਹੀ ਜਮ੍ਹਾਂ ਹੋ ਗਿਆ, ਖਰਚ ਨਾ ਹੋਵੇ, ਗਰਾਸ ਨਾ ਹੋਵੇ। ਹੁਣ ਉਹ ਸਿਮਰਨ ਕੀਤਾ ਜਾਂਦਾ ਸੀ, ਇੱਕ ਗੁਰਮੁਖ ਬੋਲਦਾ ਸੀ ਵਾਹ, ਅਤੇ ਜਿਵੇਂ ਸੰਗਤ ਨੇ ਵਾਹੇ ਬੋਲਣਾ ਨਹੀਂ, ਇਹਨੇ ਮਹਿਸੂਸ ਕਰਨਾ ਹੁੰਦਾ ਨੂੰ ਐਂ, ਵਾਹੇ ਕਿਵੇਂ ਮਹਿਸੂਸ ਕਰਨਾ, ਅਤੇ ਗੁਰੂ ਕਹਿਣਾ ਹੁੰਦਾ ਸੰਗਤ ਨੇ। ਕਰਾਉਣ ਵਾਲੇ ਨੇ ਇਕੱਲਾ ਵਾਹੇ ਬੋਲਣਾ, ਤੁਸੀਂ ਵਾਹੇ ਨਹੀਂ ਬੋਲਣਾ, ਤੁਸੀਂ ਕੀ ਕਹਿਣਾ? ਅਤੇ ਗੁਰੂ ਬੋਲਣਾ ਹੁੰਦਾ ਤੁਸੀਂ ਸਾਰਿਆਂ ਨੂੰ। ਇਹ ਆ ਸਾਸ ਸਾਸ, ਇਹ ਕਿਹੜੀ ਵਿਧੀ ਹੈ ਜੀ? ਸਾਸ ਗਰਾਸ। ਇਹ ਆਪਾਂ ਘਰੇ ਇਕੱਲੇ ਨੇ ਨਹੀਂ ਕਰਨੀ, ਇਹ ਜਦੋਂ ਕਰਨਾ ਸੰਗਤ ਵਿੱਚ ਕਰਨਾ। ਆਓ ਫਿਰ ਇਹ ਵੀ ਆਪਾਂ ਕਰਕੇ ਦੇਖ ਲਈਏ ਵੀ ਪਤਾ ਲੱਗ ਜਾਵੇ ਵੀ ਇਹ ਵੀ ਕਰਾਉਂਦੇ ਹੁੰਦੇ ਸੀਗੇ ਸਾਰੇ ਭਾਈ ਸਾਹਿਬ। ਉਹਨਾਂ ਨੇ ਗੁਰਬਾਣੀ ਗੁਰੂ ਦੀ ਖੋਜ ਕਰਕੇ, ਪਹਿਲਾਂ ਪ੍ਰਭੂ ਮਿਲਾਪ ਫਿਰ ਖੋਜ ਕਰਕੇ ਸਾਨੂੰ ਗੁਰਬਾਣੀ ਦੇ ਵਿੱਚੋਂ ਦੱਸਿਆ। ਅਸੀਂ ਇਕੱਲਾ ਵਾਹੇ ਬੋਲਾਂਗੇ, ਤੁਸੀਂ ਵਾਹੇ ਆਵਾਜ਼ ਨਹੀਂ ਕਰਨੀ, ਸਿਰਫ ਮਹਿਸੂਸ ਕਰਨਾ ਅੰਦਰ ਨੂੰ ਐਂ, ਅਤੇ ਗੁਰੂ ਬੋਲ ਦੇਣਾ, ਠੀਕ ਹੈ ਜੀ? ਹਾਂਜੀ, ਕਰ ਲਓ ਨੇਤਰ ਬੰਦ। ਵਾਹ 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 ਵਾਹ।
ਹਾਂਜੀ ਵਾਹਿ ਖਾਲਸਾ ਵਾਹਿ ਫਤਿਹ। ਹਾਂਜੀ ਕਿੰਨਾ ਇਹਦੇ ਨਾਲ ਕੋਈ ਸੁਣਨਾ ਆਇਆ ਜੀ ਅਤੇ ਆਪੇ ਸਾਸ ਆਇਆ ਸਾਸ ਹੀ ਜਮ੍ਹਾਂ ਹੋ ਗਿਆ ਇਹਨੂੰ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਤਾ ਕਾਹਦੀ ਸੀ ਫਿਕਰਾਂ ਦੀ ਸੈਂਸੇ ਟੈਨਸ਼ਨਾਂ 'ਚ ਮਨ ਗਿਆ ਸੀ ਫਿਕਰ ਖਿਆਲ ਗਿਆ ਹੀ ਨਹੀਂ ਉੱਧਰ ਮਨ ਗਿਆ ਹੀ ਨਹੀਂ ਵਿਚਾਰਾਂ ਦੇ ਵਿੱਚ ਹੁਣ ਇਸ ਤੋਂ ਅੱਗੇ ਭਾਈ ਸਾਹਿਬ ਇੱਕ ਹੋਰ ਸਿਮਰਨ ਕਰਾਇਆ ਕਰਦੇ ਸੀ ਮੈਂ ਅੱਜ ਸਾਰੇ ਤੁਹਾਨੂੰ ਯਾਦ ਕਰਾਂਗੇ ਭੁਲੇਖੇ ਕੱਢੀਏ ਕਈਆਂ ਨੂੰ ਭੁਲੇਖੇ ਪੈ ਗਏ ਮੇਰੇ ਵੀਰਾਂ ਨੂੰ ਉਹਨਾਂ ਵੀਰਾਂ ਦੇ ਭੁਲੇਖੇ ਨਿਕਲਣੇ ਚਾਹੀਦੇ ਹੋਰਾਂ ਨੂੰ ਸਮਝਾਓ ਜਿਹੜੇ ਗੁਰਮੁਖ ਸਮਝੇ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਹਿੰਦੇ ਜੀ ਉਹਨਾਂ ਨਾਲ ਸਗੋਂ ਵਿਚਾਰ ਕਰੋ ਡਿਸਕਸ ਕਰੋ ਕੁਛ ਸਿੱਖੋ ਕੁਛ ਸਿਖਾਓ ਹੈ ਨਹੀਂ ਇੱਕ ਦੂਸਰੇ ਦਾ ਮਨ ਮਨਾਓ ਬਹਿਸ ਨਾ ਕਰੋ ਕਿਸੇ ਦੇ ਨਾਲ ਗੁਰਮੁਖ ਬਹਿਸ ਨਹੀਂ ਕਰਦਾ ਵਿਚਾਰ ਕਰਦਾ ਗੁਰਬਾਣੀ ਗੁਰੂ ਦੀ ਇਸ ਤੋਂ ਅੱਗੇ ਵਿਧੀ ਸੀ ਰੋਮ ਰੋਮ ਕਿਹੜੀ ਵਿਧੀ ਸੀ ਜੀ ਅਤੇ ਉਹ ਵੀ ਭਾਈ ਸਾਹਿਬ ਜੀ ਨੇ ਸਿਖਾਇਆ ਵੀ ਰੋਮ ਰੋਮ ਸਿਮਰਨ ਕਿਵੇਂ ਕਰਨਾ ਵੈਸੇ ਤਾਂ ਰੋਮ ਰੋਮ ਸਿਮਰਨ ਜਦੋਂ ਤੁਸੀਂ ਤੁਰਦੇ ਫਿਰਦੇ ਮਨ 'ਚ ਕਹੋਗੇ ਵਾ ਗੁਰੂ ਕੰਮ ਕਰਦੇ ਹੋਏ ਕਰੀ ਜਾਓਗੇ ਹਮੇਸ਼ਾ ਹੀ ਰੋਟੀ ਪਾਣੀ ਬਣਾਉਂਦੇ ਤੁਰਦੇ ਫਿਰਦੇ ਅਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਰੋਮ ਰੋਮ ਚੱਲ ਪਿਆ ਪੱਖਾ ਚੱਲਦਾ ਤੁਸੀਂ ਸੋਚ ਛੱਡੀ ਪੱਖਾ ਚੱਲਿਆ ਗੱਡੀ ਨੂੰ ਸੈਲ ਮਾਰੀ ਇੰਜਨ ਚੱਲਿਆ ਟੋਕਾ ਚੱਲਿਆ ਜਨਰੇਟਰ ਚੱਲਿਆ ਕੋਈ ਵੀ ਖੜਾਕ ਹੋਇਆ ਤੁਹਾਨੂੰ ਐਂ ਲੱਗੂ ਵੀ ਇਹ ਵੀ ਕਹਿ ਰਿਹਾ ਵਾ ਗੁਰੂ ਉਹ ਨਹੀਂ ਕਹਿ ਰਿਹਾ ਤੁਹਾਡੀ ਸੁਰਤੀ ਦਾ ਪਿਆਰ ਪੈ ਗਿਆ ਅਤੇ ਰੋਮ ਰੋਮ ਦੀ ਅਵਸਥਾ ਬਣਨੀ ਸ਼ੁਰੂ ਹੋ ਗਈ ਅਗਰ ਨਹੀਂ ਚੱਲਦਾ ਅਤੇ ਉਹ ਆਪਾਂ ਚਲਾਉਣਾ ਚਾਹੁੰਦੇ ਹਾਂ ਰੋਮ ਰੋਮ ਅਤੇ ਫਿਰ ਭਾਈ ਸਾਹਿਬ ਨੇ ਸਿਖਾਇਆ ਕਿਸੇ ਨੇ ਨਹੀਂ ਸਿਖਾਇਆ ਹੋਰ ਕਿਹਨੇ ਸਿਖਾਇਆ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ ਨੇ ਸਿਖਾਇਆ ਕੀ ਸਿਖਾਇਆ ਕਹਿੰਦੇ ਸੱਜੇ ਹੱਥ ਦਾ ਅੰਗੂਠਾ ਐਂ ਉਂਗਲ ਪਾ ਕੇ ਅਤੇ ਜਿੱਥੇ ਡਾਕਟਰ ਬੁਖਾਰ ਦੇਖਦਾ ਇੱਥੇ ਨਬਜ ਆ ਕੀ ਆ ਜੀ ਨਬਜ ਉਹ ਬੁੜਕਦੀ ਹੈ ਖੜਕ ਕਰਦੀ ਹੈ ਇੱਥੇ ਅੰਗੂਠਾ ਰੱਖ ਲਓ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਨੀ ਆ ਤੁਸੀਂ ਇੱਥੇ ਅੰਗੂਠਾ ਰੱਖ ਕੇ ਬਹਿ ਜਾਓ ਅਗਲੇ ਦੀਆਂ ਗੱਲਾਂ ਸੁਣੀ ਜਾਓ ਤੁਹਾਡਾ ਧਿਆਨ ਇੱਧਰ ਹੋਵੇ ਜਿਵੇਂ ਉਹ ਐਂ ਉੱਪਰ ਨੂੰ ਟਣਕ ਕੇ ਥੱਲੇ ਆਉਂਦੀ ਹੈ ਵਾਹ ਇੱਥੇ ਮਹਿਸੂਸ ਕਰਨਾ ਹੈ ਕੀ ਕਰਨਾ ਇੱਥੇ ਬੋਲ ਕੇ ਨਹੀਂ ਹੋਣਾ ਸੁਰਤੀ ਨਾਲ ਹੋਣਾ ਹੈ ਕਿਵੇਂ ਹੋਣਾ ਜੀ ਸੁਰਤ ਨਾਲ ਜਦੋਂ ਬੁੜਕੀ ਵਾਹ ਜਦੋਂ ਥੱਲੇ ਨੂੰ ਗਈ ਗੁਰੂ ਮੈਂ ਹੁਣ ਕਰ ਰਿਹਾ ਸਮਝ ਲੱਗੀ ਜੀ ਇਹ ਖੜਕਾ ਕਰਦੀ ਹੈ ਨਾ ਜਦੋਂ ਜਿਹਨਾਂ ਨੂੰ ਖੜਕਾ ਨਹੀਂ ਸਹੀ ਸੁਣਦਾ ਉਹਦਾ ਸਾਹ ਰੋਕ ਲਵੇ ਫਿਰ ਦੇਖੋ ਕਿੰਨਾ ਖੜਾਕ ਕਰਦੀ ਬਹੁਤ ਜ਼ਿਆਦਾ ਖੜਾਕ ਕਰਦੀ ਹੈ ਨਬਜ ਜਿਵੇਂ ਰਾਤ ਨੂੰ ਸੁੱਤਿਆਂ ਪਿਆ ਟਾਈਮ ਪੀਸ ਨਹੀਂ ਕਰਦਾ ਦਿਨੇ ਕੋਈ ਕਰ ਸੁਣਦਾ ਹੀ ਨਹੀਂ ਆਪਾਂ ਨੂੰ ਜਦੋਂ ਇਕਾਗਰਤਾ 'ਚ ਜਾਂਦੇ ਹਾਂ ਤਾਂ ਉਦੋਂ ਉਹ ਵੀ ਟੱਕ 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 ਕਰਦਾ ਇਸ ਤਰ੍ਹਾਂ ਇਹ ਵੀ ਸਿਮਰਨ ਭਾਈ ਸਾਹਿਬ ਕਰਵਾਉਂਦੇ ਹੁੰਦੇ ਸੀ ਇਸ ਤੋਂ ਅੱਗੇ ਹੋਰ ਸਿਮਰਨ ਕਰਵਾਉਂਦੇ ਹੁੰਦੇ ਸੀ ਉਹ ਸਿਮਰਨ ਸੀ ਯੁੱਧ ਦਾ ਕਿਹੜਾ ਜੀ ਯੁੱਧ ਯੁੱਧ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਹੁੰਦਾ ਸੀ ਉਹ ਕਹਿੰਦੇ ਵੀ ਜਿਵੇਂ ਕੋਈ ਤੁਹਾਡੇ 'ਤੇ ਵਾਰ ਕਰੇ ਯੁੱਧ ਕਰੇ ਤੁਹਾਡੇ 'ਤੇ ਵਾਰ ਹੀ ਕਰੇਗਾ ਨਾ ਯੁੱਧ ਦੇ ਵਿੱਚ ਅਤੇ ਤੁਸੀਂ ਵਾਰ ਨੂੰ ਰੋਕਣਾ ਜਿਵੇਂ ਇੱਧਰੋਂ ਵਾਰ ਆਇਆ ਬਰਸ਼ੀ ਦਾ ਗੋਲੀ ਦਾ ਅਤੇ ਤੁਸੀਂ ਐਂ ਹੋ ਜਾਣਾ ਅਤੇ ਉਹ ਲੰਘ ਗਿਆ ਫੈਰ ਗਾਨ ਲੰਘ ਗਿਆ ਬਰਸ਼ੀ ਗਾਨ ਲੰਘ ਗਈ ਇਸੇ ਤਰ੍ਹਾਂ ਉਹ ਵਿਧੀ ਭਾਈ ਸਾਹਿਬ ਨੇ ਦੱਸੀ ਉਹ ਕਿਵੇਂ 45 ਡਿਗਰੀ 'ਤੇ ਉਹ ਕਹਿੰਦੇ ਸੀ ਕਰਨਾ ਤੁਸੀਂ ਸਿਰ ਇੱਥੇ ਆ ਤੁਹਾਡਾ ਸੈਂਟਰ 'ਚ ਤੁਸੀਂ ਹਲਕਾ ਜਿਹਾ ਐਂ ਕਰ ਲੈਣਾ ਜਾਂ ਇੱਧਰ ਨੂੰ ਕਰ ਲੈਣਾ ਵਾਹ ਗੁਰੂ ਇੰਨੇ ਲੱਗ ਵਾਹ ਗੁਰੂ ਥੋੜ੍ਹਾ ਜਿਹਾ ਝੁਕਾ ਦੇਣਾ ਵਾਹ ਗੁਰੂ ਵਿਚਾਰ ਕਰ ਲੈਣਾ ਜੋ ਕਿ ਵਾਰ ਲੰਘ ਗਿਆ ਫੁਰਨਾ ਲੰਘ ਗਿਆ ਕਹਿੰਦਾ ਵਾਰ ਜੀ ਫੁਰਨੇ ਦਾ ਵਾਰ ਲੰਘ ਗਿਆ ਇਸ ਤਰ੍ਹਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਯੁੱਧ ਵਾਲੇ ਦਿੱਤੀ ਫਿਰ ਇੱਕ ਭਾਈ ਸਾਹਿਬ ਕਿਤੇ ਕਿਤੇ ਕਰਵਾਉਂਦੇ ਸੀ ਉਹ ਵੀ ਗੁਰਬਾਣੀ 'ਚ ਦੱਸਿਆ ਬਾਬਾ ਕਬੀਰ ਜੀ ਦਾ ਹਾਲ ਖੇਡਣਾ ਉਹ ਵੀ ਸਿਮਰਨ ਆ ਜੀ ਉਹ ਕੀ ਹੈ ਉਹ ਵੀ ਸਿਮਰਨ ਆ ਹਾਲ ਖੇਡਣਾ ਇੱਕ ਗੇਮ ਆ ਅਤੇ ਉਹ ਜਦੋਂ ਸਿਮਰਨ ਕਰਵਾਉਂਦੇ ਸੀ ਸੁਰਤੀ ਐਂ ਜੁੜਦੀ ਸੀ ਐਂ ਸਕਿੰਟਾਂ 'ਚ ਉਹ ਗਏ ਉਹ ਗਏ ਉਹ ਤੁਹਾਨੂੰ ਕਿਸੇ ਦਿਨ ਅਸੀਂ ਦੱਸ ਦਿਆਂਗੇ ਉਹ ਮੈਂ ਦੱਸ ਦਿੰਦਾ ਪਰ ਕਰਨਾ ਨਹੀਂ ਸਾਸ ਗ੍ਰਾਸ ਕਰੋ ਘਰ ਪੂਰਾ ਖੁੱਲ੍ਹ ਕੇ ਕਰੋ ਹੋਰ ਵਿਧੀਆਂ ਜਿਹੜੀਆਂ ਨੇ ਨਾ ਉਹ ਸੰਗਤ ਦੀ ਹਾਜ਼ਰੀ ਵਿੱਚ ਜਾਂ ਗੁਰਮੁਖਾਂ ਦੀ ਹਾਜ਼ਰੀ ਦੇ ਵਿੱਚ ਕਰਨੀ ਕਿਉਂ ਜੇ ਸੁਰਤੀ ਜੁੜ ਗਈ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਤੋੜਨੀ ਨਹੀਂ ਆਉਂਦੀ ਕਿਉਂਕਿ ਘਰ ਦੇ ਸੰਗਤ ਕਰਨਗੇ ਸਿੱਖੇ ਹੋਣਗੇ ਫਿਰ ਤਾਂ ਤੋੜ ਦੇਣਗੇ
ਇਸ ਕਰਕੇ ਸਾਰਾ ਪਰਿਵਾਰ ਸਿਮਰਨ ਕਰਨਾ ਸਿੱਖੇ, ਇਕੱਠ ਕਹਾਣੀ ਸਿੱਖੇ, ਜੇ ਕਿਸੇ ਦੀ ਸੋਟੀ ਜੁੜ ਜਾਏ ਤਾਂ ਉਹਨੂੰ ਤੋੜ ਸਕਣ, ਉਹਨੂੰ ਤੋੜ ਸਕਣ, ਲਿਵ ਨੂੰ ਤੋੜ ਦੇਣ, ਨਹੀਂ ਤਾਂ ਵਾਹਿਗੁਰੂ ਜੁੜਿਆ ਪਤਾ ਨਹੀਂ ਕਿੱਧਰ ਨੂੰ ਜਾਏਗਾ, ਕਿਉਂਕਿ ਭੁੱਲ ਜਾਣਾ ਨਾ ਉਹਨੇ, ਸ਼ੁੱਧ ਬੁੱਧ ਭੁੱਲ ਜਾਣੀ ਆ। ਉਹ ਹਾਲ ਖੇਡਦੇ ਹੁੰਦੇ ਸੀਗੇ ਵੀ ਇੱਕ ਗੁਰਮੁਖ ਨੇ ਇਸ ਤਰ੍ਹਾਂ ਆਸਣ ਲਾ ਲੈਣਾ ਅਤੇ ਆ ਬਾਹਾਂ ਥੱਲੇ ਲਾ ਕੇ ਵਾਹ ਗੁਰੂ ਇਸ ਤਰ੍ਹਾਂ, ਬਸ ਉਹਦੇ ਨਾਲ ਸਿੰਘ ਖੜ੍ਹਦੇ ਹੁੰਦੇ ਸੀ, ਸਿਰ ਵਾਲੇ ਪਾਸੇ ਦੋ ਦੋ, ਪੈਰਾਂ ਵਾਲੇ ਪਾਸੇ ਦੋ ਦੋ ਅਤੇ ਲੱਕ ਕੋਲ ਦੋ ਦੋ, ਵੀ ਜਦੋਂ ਉਹਨੇ ਨਾਲ ਉਹ ਵੀ ਕਰਦੇ ਸੀ ਉਹ ਜੋਸ਼ ਬਣਾਉਣ ਵਾਸਤੇ ਵਾਹ ਗੁਰੂ, ਗੋਡੇ ਥੱਲੇ ਲਾ ਕੇ, ਗੋਡੇ ਥੱਲੇ ਲਾ ਕੇ ਬਾਹਾਂ ਐਂ ਲਾ ਕੇ ਵਾਹ ਇਸ ਤਰ੍ਹਾਂ ਝੋਲ ਮਾਰਨੀ ਪੂਰੀ, ਅਤੇ ਬਸ ਉਹ ਜੁੜਦਾ ਸੀ ਅਤੇ ਵਾਹਿਗੁਰੂ ਜੇ ਉੱਥੇ ਨਾਮ ਫੜੀਏ ਤਾਂ ਜੇ ਅੱਗੇ ਕੰਧ ਆ ਜਾਏ ਨਾ ਕੰਧ ਅਤੇ ਉਹ ਸਿਰ ਮਾਰੂਗਾ ਕੰਧ ਦੇ ਵਿੱਚ ਅਤੇ ਉਹ ਹਟੇਗਾ ਜੀ, ਸਮਝ ਲੱਗੀ, ਪਿੱਛੇ ਨਹੀਂ ਹਟੇਗਾ ਅਤੇ ਜ਼ਖਮ ਹੋ ਸਕਦਾ। ਇਸ ਕਰਕੇ ਗੁਰਮੁਖ ਉੱਤੇ ਫੜਦੇ ਸੀ ਵੀ ਸੁਰਤੀ ਨੂੰ ਇਹਨੂੰ ਚੱਲਣ ਹੁੰਦੇ ਜੀ, ਅਤੇ ਉਹ ਤੋਂ ਪਾ ਤੁਰ ਪੈਂਦਾ ਸੀਗਾ। ਉਦੋਂ ਜਿਹੜੇ ਉੱਤੇ ਸਿੰਘ ਖੜ੍ਹੇ ਹੁੰਦੇ ਸੀ ਉਹ ਫਿਰ ਕੀ ਕਰਦੇ ਸੀ, ਉਹਨਾਂ ਨੂੰ ਦੋ ਗੁਰਮੁਖ ਬਾਹਾਂ ਤੋਂ ਮੋਢਿਆਂ ਤੋਂ ਫੜ ਕੇ ਉਹ ਰੋਕ ਲੈਂਦੇ, ਦੱਬ ਲੈਂਦੇ ਸੀ, ਦੋ ਲੱਤਾਂ ਤੋਂ ਫੜ ਲੈਂਦੇ, ਦੋ ਪੈਰਾਂ ਤੋਂ ਫੜ ਲੈਂਦੇ, ਐਂ ਕਰਕੇ ਵੀ ਉਹ ਤੁਰ ਪੈਂਦਾ ਸੀ, ਸੁਰਤੀ ਜੁੜ ਜਾਂਦੀ ਸੀ, ਆਪਾਂ ਭੁੱਲ ਜਾਂਦੇ। ਇਹ ਵੀ ਸਿਮਰਨ ਭਾਈ ਸਾਹਿਬ ਕਰਾਉਂਦੇ ਰਹੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਅਤੇ ਗੁਰਮੁਖ ਥੋੜ੍ਹਾ ਜਿਹਾ ਗਿਆਨ ਲੈ ਕੇ ਨਾ ਮੁੜ ਕੇ ਸੰਗਤ ਨੂੰ ਬਹੁਤ ਉਲਝਾਉਂਦੇ ਨੇ, ਥੋੜ੍ਹਾ ਜਿਹਾ ਗਿਆਨ ਲੈ ਕੇ। ਵਾਹਿਗੁਰੂ ਅਸੀਂ 8 ਸਾਲ ਭਾਈ ਸਾਹਿਬ ਨਾਲ ਉੱਥੇ ਰਹੇ ਅਬੋਲ, 16 ਸਾਲ ਮੇਰੇ ਟੋਟਲ ਜਾਣੀ ਖੁੱਲ੍ਹੇ ਡੁੱਲੇ 15 ਸਾਲ ਮੈਂ ਭਾਈ ਸਾਹਿਬ ਦੇ ਨਾਲ ਰਿਹਾ, ਥੋੜ੍ਹੇ ਨਹੀਂ ਹੁੰਦੇ। ਜੇ ਕੋਈ ਉਹਨਾਂ ਦਾ ਗੁਰਮੁਖ ਕਹਿੰਦਾ ਨਾ ਵੀ ਧਰਮਜੀਤ ਸਿੰਘ ਤਾਂ ਕਦੀ ਸੰਗਤ ਨਹੀਂ ਕੀਤੀ, ਮੇਰੇ ਕੋਲ ਸਰਟੀਫਿਕੇਟ ਪਿਆ ਭਾਈ ਸਾਹਿਬ ਦਾ ਦਿੱਤਾ ਹੋਇਆ, ਮੈਨੂੰ ਮੇਰੀ ਸਿੰਘਣੀ ਨੂੰ ਦਿੱਤਾ ਹੋਇਆ, ਵੀ ਆਹ ਦੇਖੋ ਭਾਈ ਵੀ ਅਸੀਂ ਇੰਨੇ ਸਾਲ ਲਾਏ, ਸਾਡੇ ਕੋਲ ਸਰਟੀਫਿਕੇਟ ਹੈਗਾ। ਮਤਲਬ ਕਹਿੰਦਾ ਇਹ ਆ ਵੀ ਇੱਕ ਗੁਰਮੁਖ ਆ ਕੇ ਥੋੜ੍ਹਾ ਜਿਹਾ ਸਿੱਖ ਕੇ ਸੰਗਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਨਾ, ਉਹ ਵੀ ਗਲਤ ਗੱਲ ਆ। ਸੰਗਤ 21ਵੀਂ ਆ ਗੁਰਮੁਖੋ, ਗੁਰੂ ਨਾਲੋਂ ਵੱਡੀ ਆ, ਸੰਗਤ ਨੂੰ ਧੋਖਾ ਦੇ ਕੇ ਕਿੱਥੇ ਜਾਵਾਂਗੇ, ਸੰਗਤ ਨੂੰ ਧੋਖਾ ਦਿੱਤਾ ਸਮਝ ਲਓ ਗੁਰੂ ਨੂੰ ਧੋਖਾ ਦਿੱਤਾ ਨਾ। ਜਿੰਨਾ ਕੁ ਤੁਹਾਡੀ ਅਵਸਥਾ ਹੈ ਉੱਥੋਂ ਤੱਕ ਗੱਲ ਕਰੋ, ਜਿੱਥੋਂ ਤੱਕ ਤੁਹਾਡੀ ਅਵਸਥਾ ਨਹੀਂ ਉਦੋਂ ਗਾਂਹ ਗੱਲ ਨਾ ਕਰੋ, ਜਿੱਥੋਂ ਤੱਕ ਮੇਰੀ ਅਵਸਥਾ ਮੈਨੂੰ ਜਣਾਉਂਦਾ ਮੈਂ ਉੱਥੋਂ ਤੱਕ ਗੱਲ ਕਰਦਾ ਤੁਹਾਡੇ ਨਾਲ, ਉਸ ਤੋਂ ਗਾਂਹ ਦੀ ਮੈਂ ਗੱਲ ਕਦੀ ਕੀਤੀ ਨਹੀਂ ਤੁਹਾਡੇ ਨਾਲ, ਹੁਣ ਉਸ ਤੋਂ ਗਾਂਹ ਸਿਰੇ ਦੀ ਇੱਕ ਗੱਲ ਆ ਜੀ, ਤੱਤਾਂ ਦੇ ਵਿੱਚ ਤੱਤ ਖਿਲਾਰਨੇ ਕਦੀ ਕੀਤੀ ਜੀ ਆਪਾਂ, ਨਹੀਂ ਨਾ ਕੀਤੀ, ਉਹ ਵੀ ਪੁਆਇੰਟ ਹੈਗਾ, ਉਹ ਵੀ ਪੁਆਇੰਟ ਹੈਗਾ। ਜਿੱਥੋਂ ਤੱਕ ਮਾਲਕ ਕਰਦਾ ਕਿਰਪਾ ਉੱਥੋਂ ਤੱਕ ਤੁਹਾਡੇ ਨਾਲ ਆ ਕੇ ਸਾਂਝੀ ਕਰਦੀ ਜੀ, ਐਤਵਾਰ ਨੂੰ, ਹਰ ਐਤਵਾਰ ਨੂੰ, ਹੁਣ ਅੱਜ ਦੁਪਹਿਰ ਤੋਂ ਬਾਅਦ ਅਗਲੇ ਐਤਵਾਰ ਤੱਕ ਜੋ ਮਾਲਕ ਮੇਰਾ ਨਵਾਂ ਪ੍ਰੈਕਟੀਕਲ ਕਰਾਏਗਾ ਮੇਰੇ ਨਾਲ ਖੁਦ ਹੋਏਗਾ, ਉਹ ਮੈਂ ਤੁਹਾਡੇ ਨਾਲ ਐਤਵਾਰ ਨੂੰ ਆ ਕੇ ਸ਼ੇਅਰ ਕਰਨਾ ਹੀ ਕਰਨਾ ਗੁਰੂ। ਫਿਰ ਮੈਂ ਉਹ ਕਰਨ ਤੋਂ ਬਾਅਦ ਗੁਰਬਾਣੀ ਨਾਲ ਮਿਲਾਉਣਾ ਜੀ, ਕਿਹਦੇ ਨਾਲ ਮਿਲਾਉਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਿਲਾਉਣਾ ਵੀ ਆਹ ਮੇਰਾ ਪ੍ਰੈਕਟੀਕਲ ਹੋਇਆ ਹੈ ਨਵਾਂ, ਕੀ ਇਹ ਗੁਰਬਾਣੀ ਗੁਰੂ ਦੇ ਵਿੱਚ ਹੈਗਾ ਦੱਸਿਆ ਹੋਇਆ। ਫਿਰ ਮੈਂ ਖੋਜੀ ਬਣ ਜਾਣਾ, ਮੈਂ ਬਾਣੀ ਨੂੰ ਵਿਚਾਰਨਾ ਸ਼ੁਰੂ ਕਰਨਾ, ਮਾਲਕ ਨੇ ਅੱਗੇ ਸ਼ਬਦ ਲਿਆ ਆਹ ਦੇਖ ਪੁੱਤ, ਅਤੇ ਤਸੱਲੀ ਹੋ ਗਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲੱਗ ਗਈ। ਉਹ ਆਣ ਕੇ ਆਪਾਂ ਸੰਗਤ ਵਿੱਚ ਦੱਸਦੇ, ਇੱਕ ਸ਼ਬਦ ਮੈਂ ਗੁਰਮੁਖਾਂ ਨਾਲ ਸਾਂਝਾ ਕਰਦਾ ਸੀਗਾ, ਕੱਲ੍ਹ ਕਾਫੀ ਦੇਰ ਬਾਅਦ ਸਮਾਂ ਮਿਲਿਆ, ਉਹ ਸ਼ਬਦ ਯਾਦ ਆਇਆ, ਕਹਿੰਦੇ ਮਨ ਦੀ ਗੱਲ ਸੀ, ਕਹਿੰਦੇ ਵਿਧੀ ਫਿਰ ਦੇਖੋ ਕਿਵੇਂ ਲੱਗੀ, ਸ਼ਬਦ ਪੜ੍ਹਿਆ 93 ਮਨੂਆਂ ਮਨਵੇਂ ਸਾਚਾ, ਸੋ ਸਾਚਾ ਮਿਲੇ ਸਾਚੇ ਰਾਚਾ। ਇਹ ਵਿਧੀ ਹੈ ਜੀ, ਇਹ ਕੀ ਹੈ ਜੀ, ਯੁਕਤੀ ਆ, ਉਸ ਯੁਕਤੀ ਦੀ ਤਰ੍ਹਾਂ ਜਿਹੜੀ ਆਪਾਂ ਪੜ੍ਹਦੇ ਹਾਂ, ਨਿਰੰਕਾਰਮੇ ਆਕਾਰ ਸਮਾਵੇ, ਨਿਰੰਕਾਰਮੇ ਆਕਾਰ ਸਮਾਵੇ, ਅਕਲ ਕਲਾ ਸੱਚ ਸਾਚ ਟਿਕਾਵੇ, ਸੋ ਨਰ ਗਰਭ ਜੂਨਾ। ਇਸੇ ਤਰ੍ਹਾਂ ਇਹ ਯੁਕਤੀ ਆ, ਤਨਮੇ ਮਨੁਆ ਮਨਮੇ ਸਾਚਾ, ਸੋ ਸਾਚਾ ਮਿਲੇ ਸਾਚੇ ਰਾਚਾ। ਇਹ ਕਿਵੇਂ ਅਡੋਪਟ ਕਰਨੀ ਹੈ, ਇਹ ਕਿਵੇਂ ਲਾਉਣੀ ਆਪਣੇ ਆਪ 'ਤੇ ਵਿਧੀ। ਮੈਂ ਜੀ ਇਸ ਤਰ੍ਹਾਂ ਸ਼ਬਦ ਮਾਲਕ ਨੇ ਮੇਰੇ ਅੱਗੇ ਲਿਆਂਦਾ ਅਤੇ ਮੈਂ ਵੱਧ ਤੋਂ ਵੱਧ 10-15 ਕਦਮ ਉਸ ਅਸਥਾਨ ਤੋਂ ਉੱਠ ਕੇ ਜਦੋਂ ਅੱਗੇ ਨੂੰ ਗਿਆ ਤਾਂ ਮੇਰੀ ਵਿਧੀ ਲਵਾਈ ਮਾਲਕ ਨੇ। ਕੀ ਲਵਾਈ, ਮੈਂ ਸੋਚਿਆ ਵੀ ਤਨ ਵਿੱਚ ਮਨ, ਪਹਿਲਾਂ ਤਾਂ ਇਹ ਲੱਭੋ ਤਨ ਵਿੱਚ ਮਨ ਕਿੱਥੇ ਹੈ,
ਉਹ ਪਤਾ ਹੀ ਸੀ ਆਪਾਂ ਗੁਰਬਾਣੀ ਨੂੰ ਵਿਚਾਰਦੇ ਸੀ। ਤਨ ਵਿੱਚ ਮਨ ਕਿੱਥੇ ਆ ਜੀ? ਅੱਖਾਂ 'ਚ। ਕਿੱਥੇ ਆ ਜੀ? ਅੱਖਾਂ ਦੇ ਵਿੱਚ। ਜਦੋਂ ਇੰਨੀ ਕੁ ਦੂਰ ਜਾ ਕੇ ਮੈਂ ਕਿਹਾ ਵੀ ਤਨ ਵਿੱਚ ਮਨ ਅਤੇ ਮਨ ਵਿੱਚ ਸੱਚ ਆ ਕਰੋ। ਜਦੋਂ ਮੈਂ ਆਪਦੀਆਂ ਅੱਖਾਂ ਨੂੰ ਮੁੜ ਕੇ ਵੇਖਿਆ, ਕਿੱਧਰ ਨੂੰ ਦੇਖਿਆ ਜੀ? ਇੱਥੋਂ ਦ੍ਰਿਸ਼ਟੀ ਜਿਹੜੀ ਉੱਧਰ ਠਿੱਲੀ ਹੋਈ ਸੀ, ਉਹਨੂੰ ਮੈਂ ਆਪਦੀਆਂ ਅੱਖਾਂ ਨੂੰ ਮਹਿਸੂਸ ਕਰ ਲਿਆ। ਪਿੱਛੇ ਨੂੰ ਆਇਆ, ਤੀਰ ਨਹੀਂ ਪਾਇਆ, ਇੱਧਰ ਉੱਧਰ ਨਹੀਂ ਕੀਤੀ, ਬਸ ਆਪਦੀਆਂ ਅੱਖਾਂ ਨੇ ਮਹਿਸੂਸ ਕੀਤਾ ਵੇਖਣਾ, ਅਤੇ ਵਾਹਿਗੁਰੂ ਪ੍ਰਕਾਸ਼ ਹੀ ਪ੍ਰਕਾਸ਼। ਹਾਂਜੀ, ਤੁਹਾਡੇ ਤੋਂ ਕਦੀ ਵੀ ਕੁਛ ਵੀ, ਕਦੀ ਵੀ ਕੁਛ ਵੀ ਛੁਪਾਇਆ ਨਹੀਂ ਜਾਏਗਾ। ਤੁਹਾਨੂੰ ਵੇਟ ਨਹੀਂ ਕਰਾਈ ਜਾਏਗੀ, ਲਮਕਾਇਆ ਨਹੀਂ ਜਾਏਗਾ ਵੀ ਗੇੜੇ ਮਾਰਦੇ ਰਹਿਣ, ਗੇੜੇ ਮਾਰਦੇ ਰਹਿਣ। ਆਓ ਬਾਅਦ 'ਚ ਪਹਿਲਾਂ ਸਿੱਖ ਕੇ ਜਾਓ, ਆਓ ਬਾਅਦ ਵਿੱਚ ਪਹਿਲਾਂ ਸਿੱਖ ਕੇ ਜਾਓ। ਜ਼ਿੰਦਗੀ ਦਾ ਕੋਈ ਪਤਾ? ਸਵਾਸਾਂ ਦੀ ਪੂੰਜੀ ਦਾ ਕੋਈ ਪਤਾ ਜੀ? ਕਿੰਨੀਆਂ ਕਿੰਨੀਆਂ ਆਸਾਂ ਉਮੀਦਾਂ ਲਾਉਂਦੇ ਹਾਂ ਜੀ, 6 ਮਹੀਨੇ ਨੂੰ ਆ ਕਰਾਂਗੇ, ਅਗਲੇ ਸਾਲ ਆਉਂ ਕਰਾਂਗੇ। ਅਹਿਮ ਆਦਮੀ ਹਾਂ ਇੱਕਦਮ ਹੀ, ਅਤੇ ਫਿਰ ਵੇਟ ਕਿਉਂ ਕਰਾਈ ਜਾਵੇ? ਜਿਹੜਾ ਗੁਰਮੁਖ ਘਰੋਂ ਇੱਛਾ ਲੈ ਕੇ ਆ ਗਿਆ ਕਿ ਮੈਂ ਸਿਰਫ ਮਾਲਕ ਨੂੰ ਮਿਲਣਾ, ਮੈਂ ਸਿਰਫ ਮਾਲਕ ਨੂੰ ਮਿਲਣਾ, ਅਤੇ ਜੇ ਉਹਨੂੰ ਆਏ ਨੂੰ ਆਪਾਂ ਸਹੀ ਗਾਈਡ ਨਾ ਕਰੀਏ ਤਾਂ ਉਹਦਾ ਕਸੂਰ ਫਿਰ ਉਹਦਾ ਨਹੀਂ ਗਾ। ਜਿਹੜੇ ਟੀਚਰ ਕੋਲ ਆਇਆ ਉਹ ਟੀਚਰ ਦਾ ਕਸੂਰ ਮੰਨਿਆ ਜਾਏਗਾ, ਅਤੇ ਮਾਲਕ ਨੇ ਤਾਂ ਇਹ ਕਹਿਣਾ ਨਾ, ਪੁੱਤ ਮੈਂ ਆਪਦਾ ਬੱਚਾ ਤੇਰੇ ਕੋਲ ਭੇਜਿਆ ਸੀ, ਤੂੰ ਸਹੀ ਦੱਸਿਆ ਕਿਉਂ ਨਹੀਂ? ਕਹਿਣਾ ਕਿ ਨਹੀਂ ਕਹਿਣਾ? ਵੀ ਮੇਰਾ ਬੱਚਾ ਹੀ, ਆਪਾਂ ਬੱਚੇ ਹਾਂ ਨਾ ਮਾਲਕ ਦੇ, ਵੀ ਮੈਂ ਤੇਰੇ ਕੋਲ ਇੱਕ ਬੱਚਾ ਭੇਜਿਆ ਸੀ ਆਪਦਾ, ਉਹਨੇ ਤੇਰੇ ਕੋਲ ਆਹ ਮੰਗ ਰੱਖੀ ਸੀ, ਤੂੰ ਕਿਉਂ ਨਹੀਂ ਚੰਗੀ ਤਰ੍ਹਾਂ ਸਮਝਾਇਆ? ਜੇ ਮਨ 'ਚ ਮੈਲ ਰਹਿ ਗਈ ਵੀ ਨਹੀਂ ਇਹਨੂੰ ਨਾ, ਇਹਦੀ ਵਿਧੀ ਨਾ ਲੱਗ ਜੇ, ਇਹਦੀ ਵਸਤਾ ਨਾ ਬਣ ਜੇ, ਤਾਂ ਫਿਰ ਸਮਝੋ ਵੀ ਮੇਰੇ ਮਨ 'ਚ ਦੁਬਧਾ ਆ ਗਈ। ਕੀ ਆ ਗਈ ਜੀ? ਦੁਬਧਾ ਆ ਗਈ ਨਾ, ਐਨ ਤਸੱਲੀ ਨਾਲ ਵਿਧੀ ਲਵਾਈ ਦੀ ਆ, ਦਿਸ ਸਿਖਾਈ ਦਾ। ਇੱਕ ਵਿਧੀ 5 ਪਿਆਰੇ ਲਵਾਉਂਦੇ ਆ, ਇੱਕ ਵਿਧੀ ਉਹ ਸਿਰਫ 5 ਪਿਆਰੇ ਹੀ ਲਵਾਉਂਦੇ, ਉਹ ਨਹੀਂ ਅਸੀਂ ਲਵਾਉਂਦੇ। ਉਹ ਤੁਹਾਨੂੰ ਦੱਸਿਆ, ਉਹ ਜਦੋਂ ਖੰਡੇ ਪਾਟੀ ਦੀ ਦਾਤ ਲੈਣ ਵਾਸਤੇ ਗੁਰੂ ਸਿਲੈਕਟ ਹੁੰਦੇ ਨੇ, ਉਹ 5 ਪਿਆਰਿਆਂ ਦੇ ਰਾਹੀਂ ਲੱਗਣੀ ਆ, ਠੀਕ ਹੈ ਜੀ? ਉਹ ਨਹੀਂ ਅਸੀਂ ਲਵਾਉਂਦੇ, ਬਾਕੀ ਸਾਰੀਆਂ ਵਿਧੀਆਂ ਅਸੀਂ ਐਨ ਪਿਆਰ ਦੇ ਨਾਲ ਕੋਲ ਪਾ ਕੇ ਆਪ ਕਰ ਕਰਕੇ ਅਗਲੇ ਨੂੰ ਕਰਾ ਕਰਾ ਕੇ ਫਿਰ ਕਹੀਦਾ ਵੀ ਹੁਣ ਤੁਹਾਡਾ ਮਨ ਮਨਾ ਲਓ। ਕੀ ਕਰੋ ਜੀ? ਮਨ ਮਨਾਓ ਅਤੇ ਆਪਣੀ ਘਰੇ ਪਿਆਰ ਪਾਓ, ਮਾਲਕ ਦੇ ਨਾਲ ਪਿਆਰ ਪਾਓ। ਇਹ ਸਿਖਾ ਕੇ ਟ੍ਰੇਨਿੰਗ ਦੇ ਕੇ ਆਪਾਂ ਇੱਥੋਂ ਭੇਜਦੇ ਹਾਂ, ਅਤੇ ਸਾਲ 'ਚ ਇੱਕ ਵਾਰੀ ਅੰਮ੍ਰਿਤ ਸੰਚਾਰ ਕਰਦੇ ਹਾਂ ਵੀ ਉਹ ਵਿਧੀ ਜਿਹੜੀ ਹੈ ਜਿੱਥੇ ਜੋਤ ਪ੍ਰਗਟ ਹੋਣੀ ਹੈ, ਉਹ 5 ਪਿਆਰਿਆਂ ਦੇ ਪੇਸ਼ ਹੋ ਕੇ ਤੁਸੀਂ ਜੋਤ ਪ੍ਰਗਟ ਕਰਾ ਸਕਦੇ ਹੋ, ਜਿਹਦਾ ਮਨ ਮੰਨੇ, ਜਿਹਨੇ ਜੋਤ ਪ੍ਰਗਟ ਕਰਾਉਣੀ ਹੋਵੇ ਉਹ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਫੋਰਮ ਭਰ ਸਕਦਾ, ਨਾਂ ਲਿਖਾ ਸਕਦਾ। ਹੁਣ ਗੁਰਮੁਖ ਪਿਆਰਿਓ, ਇਹ ਸਾਰੀਆਂ ਵਿਧੀਆਂ ਗੁਰਬਾਣੀ ਦੇ ਵਿੱਚ ਆ। ਜੇ ਸਾਡੇ ਭਗਤਾਂ ਨੂੰ, ਗੁਰੂਆਂ ਨੂੰ, 36 ਗੁਰਮੁਖਾਂ ਨੂੰ ਲੋੜ ਪਈ, ਉਹਨਾਂ ਨੇ ਜੇ ਅਡੋਪਟ ਕੀਤੀਆਂ ਸੀ ਤਾਂ ਉਹਨਾਂ ਨੇ ਗੁਰਬਾਣੀ 'ਚ ਲਿਖੀਆਂ। ਹਾਂਜੀ, ਸਾਸ ਸਾਸ ਲਿਖਿਆ, ਸਾਸ ਗ੍ਰਾਸ ਲਿਖਿਆ, ਰੋਮ ਰੋਮ ਲਿਖਿਆ, ਫਿਰ ਅਨਹਦ ਵਾਜੇ ਵੀ ਤਾਂ ਕਿਤੇ ਵੱਜਦੇ ਹੀ ਹਨ। ਅਤੇ ਉਹ ਬਾਣੀ ਕਿਹੜੀ ਹੈ ਜਿਹਨੂੰ ਕਹਿੰਦੇ ਨੇ ਸੁਣ ਸੁਣ ਜੀਵਾਂ ਤੇਰੀ ਬਾਣੀ? ਉਹ ਮਾਲਕ ਦੇ ਮੁੱਖ ਦੀ ਆਵਾਜ਼, ਨਾਮ ਸ਼ਬਦ ਹਰ ਕੀ ਕਥਾ ਕਹਿੰਦੇ ਨੇ ਉਹਨੂੰ, ਕਹਿੰਦੇ ਉਹਨੂੰ ਸੁਣ ਸੁਣ ਕੇ ਜੀਨਾ। ਅਤੇ ਉਹ ਆ ਸ਼ਬਦ, ਉਹ ਕੀ ਆ ਜੀ? ਅਨਹਦ ਸ਼ਬਦ, ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਚੱਲਦੀ ਆ ਉਹਨੂੰ ਅਸੀਂ ਸੁਣਨਾ, ਉਹਨੂੰ ਕਹਿੰਦੇ ਨੇ ਤੁਰਕੀ ਬਾਣੀ। ਕੀ ਕਹਿੰਦੇ ਜੀ? ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਮਾਲਕ ਦੇ ਮੁੱਖ ਦੀ ਆਵਾਜ਼ ਜਦੋਂ ਸਾਨੂੰ ਸੁਣਾਈ ਦਿੱਤੀ, ਸਾਨੂੰ ਮੈਨੂੰ ਸੁਣਾਈ ਦਿੱਤੀ, ਮੇਰਾ ਮਨ ਮੰਨਿਆ ਭਾਈ ਸਾਹਿਬ ਤੋਂ ਸਮਝ ਕੇ, ਤੁਹਾਨੂੰ ਸੁਣਾਈ ਦਿੱਤੀ ਤੁਹਾਡੇ ਵਿੱਚੋਂ ਮੇਰੇ ਰਾਹੀਂ ਸਮਝ ਕੇ, ਕਿਸੇ ਦਾ ਮਨ ਮੰਨ ਕੇ, ਕਿਸੇ ਦਾ ਨਹੀਂ ਮੰਨਿਆ। ਕੋਈ ਕਹਿੰਦਾ ਜੀ ਇਹ ਤਾਂ ਉਹੀ ਆ, ਅਤੇ ਉਹਨੂੰ ਕਹੀਦਾ ਠੀਕ ਹੈ ਜੀ, ਅਸੀਂ ਫੋਰਸ ਨਹੀਂ ਕਰਦੇ ਤੁਹਾਨੂੰ, ਜੇ ਮਨ ਮੰਨਦਾ ਤਾਂ ਆ ਜਾਓ, ਬਹਿ ਜਾਓ, ਆਪਾਂ ਅਗਲੀ ਵਿਚਾਰ ਕਰਦੇ ਹਾਂ, ਜੇ ਨਹੀਂ ਮੰਨਦਾ ਤਾਂ ਆਪਣੀ ਫਤਿਹ ਜੀ, ਆਪਣੀ ਫਤਿਹ। ਕਿਸੇ ਨੂੰ ਮਜਬੂਰ ਨਹੀਂ ਕਰਦੇ, ਕਿਸੇ ਨੂੰ ਮਜਬੂਰ ਨਹੀਂ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਜਣ ਠੱਗ ਨੂੰ, ਕੌਡੇ ਰਾਕਸ਼ ਨੂੰ ਇਹ ਪੁਆਇੰਟ ਦੱਸ ਕੇ, ਹੈ ਨਾ, ਪ੍ਰਚਾਰਕ ਥਾਪਿਆ ਹੀ ਉੱਥੇ ਜਾਂਦਾ ਬੱਚੇ ਨੂੰ ਜਿੱਥੇ ਅਨਹਦ ਸ਼ਬਦ ਸੁਣਾਈ ਦੇਣ ਲੱਗ ਜਾਣ, ਉੱਥੇ ਪ੍ਰਚਾਰਕ ਥਾਪਿਆ ਜਾਂਦਾ ਵੀ ਹੁਣ ਤੂੰ ਇੱਥੋਂ ਤੱਕ, ਨਾਮ ਤੱਕ, ਅਨਹਦ ਸ਼ਬਦਾਂ ਤੱਕ ਤੂੰ ਕਥਾ ਕਰ ਸਕਦਾ। ਅਤੇ ਜਦੋਂ ਉਹਨਾਂ ਨੂੰ ਸੱਜਣ ਠੱਗ ਨੂੰ, ਕੌਡੇ ਰਾਕਸ਼ ਨੂੰ ਸਾਰਾ ਨਾਮ ਦਾ ਭੇਦ ਦੇ ਕੇ ਉੱਥੇ ਉਹਨਾਂ ਨੂੰ ਪ੍ਰਚਾਰਕ ਥਾਪਿਆ, ਕੀ ਥਾਪਿਆ ਜੀ ਉਹਨਾਂ ਨੂੰ?
ਪ੍ਰਚਾਰ ਥਾਪ ਕੇ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ। ਮੁੜ ਕੇ ਇਤਿਹਾਸ ਨਹੀਂ ਦੱਸਦਾ ਵੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਅਤੇ ਕੌਡੇ ਰਾਕਸ਼ ਨੂੰ ਦੁਬਾਰਾ ਕਿਤੇ ਮਿਲੇ ਹੋਣ। ਨਹੀਂ ਨਾ ਮਿਲੇ ਜੀ, ਨਹੀਂ ਮਿਲੇ। ਉਹ ਪ੍ਰਚਾਰ ਕਰਨ ਲੱਗ ਗਏ ਜੀ। ਉਹਨੇ ਨੇ ਠੱਗੀਆਂ ਮਾਰਨੀਆਂ ਬੰਦ ਕਰ ਦਿੱਤੀਆਂ, ਕੌਡੇ ਰਾਕਸ਼ ਨੇ ਰਾਕਸ਼ ਗੁਣਾ ਬੰਦ ਕਰ ਦਿੱਤਾ। ਅਤੇ ਕੀ ਕੀਤਾ ਉਹਨਾਂ ਨੇ? ਫਿਰ ਸੱਚ ਦਾ ਪ੍ਰਚਾਰ ਕੀਤਾ। ਅਤੇ ਆਪਣੇ ਵਿੱਚੋਂ ਵੀ ਜਿਨ੍ਹਾਂ ਨੂੰ ਇਸ਼ਾਰਾ ਹੁੰਦਾ ਪ੍ਰਚਾਰ ਕਰਨ ਦਾ, ਅਤੇ ਉਹ ਨਾ ਨਾ ਕਰਿਆ ਕਰਨ, ਮਨ ਬਣਾ ਹੀ ਲਿਆ ਕਰਨ। ਜਦੋਂ ਸਾਡੀ ਡਿਊਟੀ ਲਾਈ ਸੀ ਭਾਈ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਨੇ, ਅਤੇ ਮੇਰੀ ਸਿੰਘਣੀ ਵੀ ਨਾਲ ਸੀ, ਅਤੇ ਅਸੀਂ ਫਤਿਹ ਬੁਲਾ ਕੇ ਤੁਰਨ ਲੱਗੇ, ਅਤੇ ਮੈਂ ਜੀ ਮੇਰੇ ਕੰਨਾਂ 'ਚ ਆਵਾਜ਼ ਚੱਲਦੀ ਹੈ, ਭਾਈ ਸਾਹਿਬ ਮੈਨੂੰ ਕਹਿੰਦੇ ਵਧਾਇਓ ਜੀ। ਕੀ ਕਿਹਾ ਜੀ? ਮੈਨੂੰ ਵਧਾਈਆਂ ਦਿੱਤੀਆਂ, ਕਹਿੰਦੇ ਬੁੱਧ ਵਧਾਇਓ। ਅਤੇ ਮੈਂ ਗੋਡੀ ਹੱਥ ਲਾਇਆ ਅਤੇ ਤੁਰ ਪਿਆ। ਦੋ ਕਦਮ ਵੱਡੇ ਕਹਿੰਦੇ ਜੀ ਇੱਕ ਮਿੰਟ ਵਾਪਸ ਆਓ, ਗੱਲ ਸੁਣ ਕੇ ਜਾ। ਮੈਂ ਹਾਂ ਜੀ। ਕਹਿੰਦੇ ਪੁੱਤ ਪ੍ਰਚਾਰ ਕਰਿਆ ਕਰ। ਮੈਂ ਕਦੀ ਕੀਤਾ ਹੀ ਨਹੀਂ, ਮੈਂ ਕਿਹਨੂੰ ਕਹੂੰਗਾ ਮੇਰੇ ਤੋਂ ਕਥਾ ਕਰਾਓ? ਕਹਿੰਦੇ ਤੁਸੀਂ ਮਨ ਬਣਾਓ, ਆਪੇ ਵਿਧੀ ਬਣ ਜਾਏਗੀ। ਮੈਂ ਫਿਰ ਇੱਕ ਵਾਰੀ ਕਿਹਾ, ਮੈਂ ਜੀ। ਕਹਿੰਦੇ ਜੀ ਇੱਕ ਵਾਰੀ ਕਿਹਾ ਤਾਂ ਵਿਧੀ ਬਣ। ਮੈਂ 7 ਵਜੇ ਮੈਂ ਗੁਰਮੁਖਾਂ ਨੇ ਵੀ ਸੁਣ ਲਈ, ਘਰ ਦੇ ਨਾਲ ਹੀ ਸੀ। ਰਸਤੇ 'ਚ ਅਸੀਂ ਬੱਸ 'ਚ ਬੈਠੇ, ਰਸਤੇ 'ਚ ਵਿਚਾਰਾਂ ਕਰਦੇ ਆ ਵੀ ਜੋ ਭਾਈ ਸਾਹਿਬ ਨੇ ਕਿਹਾ ਵੀ ਉਹ ਗੁਰਮੁਖ ਵੀ ਕਹਿੰਦੇ ਵੀ ਕਰੋ, ਘਰਦਿਆਂ ਨੇ ਵੀ ਸਾਥ ਦਿੱਤਾ, ਕਹਿੰਦੇ ਪ੍ਰਚਾਰ ਕਰੋ। ਅੱਜ ਉਹ ਡਿਊਟੀ ਨੂੰ ਮੰਨਦੇ ਹੋਏ ਅੱਜ ਆਹ ਦਿਨ ਆ ਗਏ, ਅਤੇ ਡਿਊਟੀ ਕਰਦੇ ਆ ਜੀ ਨਿਰਸਵਾਰਥ। ਕੀ ਕਰਦੇ ਜੀ? ਨਿਰਸਵਾਰਥ ਸਿਮਰਨ ਕਰਦੇ ਹਾਂ, ਅਤੇ ਤੁਹਾਨੂੰ ਵੀ ਕਰਾਉਂਦੇ ਹਾਂ। ਕੀ ਕਹਿੰਦੇ ਹਾਂ? ਵੀ ਦੁਨਿਆਵੀ ਮਕਸਦ ਨਾ ਰੱਖਿਓ, ਸਿਮਰਨ ਕਰਨ ਲੱਗਿਆ ਦੁਨਿਆਵੀ ਮੰਗ ਨਾ ਰੱਖਿਓ, ਹਾਂਜੀ, ਸਿਰਫ ਮਾਲਕ ਨੂੰ ਮਿਲਣ ਦੇ ਲਈ ਸਿਮਰਨ ਕਰਿਓ। ਸੱਚੇ ਪਾਤਸ਼ਾਹ ਅੱਗੇ ਕਈ ਵਾਰੀ ਆਏ ਹਾਂ, ਅੱਗੇ ਕਈ ਵਾਰੀ ਮਨੁੱਖ ਜੰਮ ਆਏ ਹਾਂ, ਮੌਕਾ ਹੱਥੋਂ ਖੁੰਝਦਾ ਰਿਹਾ, ਖੁੰਝਾ ਕੇ ਚਲੇ ਜਾਂਦੇ ਰਹੇ। ਐਤਕੀ ਮੌਕਾ ਨਾ ਹੱਥੋਂ ਖੁੰਝ ਲਈ, ਐਤਕੀ ਤੇਰੇ ਚਰਨਾਂ 'ਚ ਆ ਜਾਈਏ ਤੇਰੇ। ਅਤੇ ਮਾਲਕ ਦੇ ਚਰਨ ਕਿਹੜੇ ਆ ਜੀ? ਅਨਹਦ ਸ਼ਬਦ, ਜਿਨ੍ਹਾਂ ਨੂੰ ਕਈ ਗੁਰੂ ਕਹਿੰਦੇ ਜੀ ਸੁਣਨ ਦੀ ਲੋੜ ਹੀ ਨਹੀਂ। ਅਤੇ ਮਾਲਕ ਦੇ ਚਰਨਾਂ ਨਾਲ ਜੁੜਨਾ, ਚਰਨ ਕਮਲ ਕੀ ਮੌਜ ਮੇਂ, ਹਾਂਜੀ, ਬੜੀ ਮੌਜ ਆ ਚਰਨ ਕਮਲਾਂ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਮਾਲਕ ਦੇ ਚਰਨਾਂ 'ਚ ਕਿਹਾ ਸੀ, ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੇਂ। ਅਤੇ ਅਸੀਂ ਵੀ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ, ਆਪਾਂ ਬੇਨਤੀ ਤਾਂ ਕਰ ਸਕਦੇ ਹਾਂ, ਮਹਾਰਾਜ ਇਹਨਾਂ ਬੱਚਿਆਂ 'ਤੇ ਵੀ ਕਿਰਪਾ ਕਰ ਦਿਓ ਵੀ ਨਾਮ ਰੂਪੀ ਚਰਨ ਇਹ ਬੱਚੇ ਵੀ ਫੜ ਲੈਣ, ਠੀਕ ਨੀ? ਆਓ ਫਿਰ ਗੁਰਮੁਖ ਪਿਆਰਿਓ, ਆਪਾਂ ਇਹ ਮਨ ਦੇ ਵਿੱਚ ਇੱਕ ਇੱਛਾ ਲੈ ਕੇ ਸਿਮਰਨ ਕਰੀਏ ਵੀ ਸੱਚੇ ਪਾਤਸ਼ਾਹ ਸਾਨੂੰ ਵੀ ਉਹ ਚਰਨ ਫੜਾ ਦੇ ਘੁੱਟ ਕੇ, ਇਹ ਮੁੜ ਕੇ ਸਾਡੇ ਹੱਥੋਂ ਛੁੱਟ ਨਾ ਜਾਣ, ਸਾਡੇ ਹੱਥੋਂ ਉਹ ਚਰਨ ਅਨਹਦ ਸ਼ਬਦ ਜਿਹੜੇ ਨੇ ਵਾਜੇ ਅਨਹਦ ਤੂਰੇ, ਉਹ ਚਰਨ ਨੇ ਵੀ ਉਹ ਛੁੱਟ ਨਾ ਜਾਣ, ਅਤੇ ਤੇਰੇ ਚਰਨਾਂ ਦੇ ਨਾਲ ਸਦਾ ਲਈ ਜੁੜ ਜਾਈਏ। ਆਓ ਇਹ ਮਨ ਵਿੱਚ ਇੱਛਾ ਲੈ ਕੇ ਆਪਾਂ ਵਾਹਿਗੁਰੂ ਗੁਰਮੰਤਰ ਸ਼ਬਦ ਦਾ ਸਿਮਰਨ ਕਰੀਏ। ਨੇਤਰ ਬੰਦ ਕਰ ਲਓ ਜੀ। ਕਰੋ ਸ਼ੁਰੂ। ਵਾਹਿਗੁਰੂ 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 ਵਾਹ।
ਗੁਰੂ ਵਾਹ 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 ਗੁਰੂ